ETT ਅਤੇ ਮਾਸਟਰ ਕੈਡਰ। ਹੁਣ ਅੱਗੇ ਕੀ, 6 ਤਰੀਕ ਨੂੰ ਨੋਟੀਫਿਕੇਸ਼ਨ ਆਉਂਦੀ ਹੈ, ਆਨਲਾਈਨ ਫਾਰਮ ਭਰੇ ਜਾਣੇ ਹਨ, 23 ਤਰੀਕ ਤੱਕ ETT ਦੀ ਵਾਸਤੇ ਡੇਟ ਖੁੱਲ੍ਹੀ ਹੈ, ਵੈਬਸਾਈਟ ਚੱਲਦੀ ਨਹੀਂ, 25 ਤਰੀਕ ਨੂੰ ਰੋਲ ਨੰਬਰ ਡਾਊਨਲੋਡ ਕੀਤੇ ਜਾਣੇ ਨੇ ਔਰ 28 ਤਰੀਕ ਨੂੰ ਪੇਪਰ ਧਰ ਦਿੱਤਾ ਹੈ। ਮਾਸਟਰ ਕੈਡਰ ਦਾ ਵੀ ਇਹੀ ਹਾਲ, ਨੋਟੀਫਿਕੇਸ਼ਨ ਆਉਂਦੀ ਹੈ, 29 ਮਾਰਚ ਨੂੰ ਮਾਸਟਰ ਕੈਡਰ ਦਾ ਪੇਪਰ ਹੈ, ਫਿਰ ਉਹੀ ਗੱਲ, ਵੈਬਸਾਈਟ ਚੱਲਦੀ ਨਹੀਂ ਔਰ ਗੁੰਝਲਾਂ ਹਾਲੇ ਵੀ ਫਸੀਆਂ ਹੋਈਆਂ, ਕਲੈਰੀਫਿਕੇਸ਼ਨ ਕੁਝ ਹੈ ਨਹੀਂ। BEd ਵਾਲੇ ਐਲੀਜੀਬਲ ਨਹੀਂ ਹੋਣਗੇ ਕਿ ਨਹੀਂ ਹੋਣਗੇ, 2018 ਦਾ ਪੇਪਰ 2020 'ਚ ਹੋ ਰਿਹਾ, ਉਹਦਾ ਰਿਜ਼ਲਟ ਕੱਢਿਆ ਨਹੀਂ ਗਿਆ, ਉਹ ਐਲੀਜੀਬਲ ਨਹੀਂ ਤਾਂ ਕਿਉਂ ਨਹੀਂ? ਇਹ ਸਾਰੇ ਸਵਾਲ ਵਿੱਚੋਂ ਵਿਚੇਲ ਔਰ ਉੱਪੋਂ ਜਿਹੜਾ ਸੀ ਆਪਾਂ ਨੇ ਸਰਕਾਰ ਨੇ ਧਰ ਦਿੱਤਾ ਪੇਪਰ, ਲੋਕ ਜਾਣਗੇ ਤਾਂ ਕਿੱਥੇ ਜਾਣਗੇ, ਆਫਟਰ ਆਲ ਗੁਹਾਰ ਲੈ ਕੇ ਜਾਣਗੇ ਤਾਂ ਸਰਕਾਰੀ ਕਚਹਿਰੀਆਂ ਦੇ ਵਿੱਚ ਹੀ ਪਹੁੰਚਣਗੇ। ਹੁਣ ਕਚਹਿਰੀਆਂ ਦੇ ਵਿੱਚ ਅੱਗੇ ਜਾ ਕੇ ਉੱਥੇ ਸਰਕਾਰ ਆਪਣਾ ਇੱਕ ਐਫੀਡੈਵਿਟ ਦਿੰਦੀ ਹੈ ਕਿ ETT ਦਾ ਪੇਪਰ ਔਰ ਮਾਸਟਰ ਕੈਡਰ ਦਾ ਜਿਹੜਾ ਪੇਪਰ ਸੀਗਾ ਉਹ ਅਸੀਂ ਪੋਸਟਪੋਨ ਕਰ ਦਿੱਤਾ ਹੈ, ETT ਦਾ ਪੇਪਰ 25 ਅਪ੍ਰੈਲ ਨੂੰ ਹੋਏਗਾ, ਮਾਸਟਰ ਕੈਡਰ ਦਾ ਪੇਪਰ ਆਰ ਹੀ ਹੋਣਾ ਚਾਹੀਦਾ 26 ਅਪ੍ਰੈਲ ਨੂੰ ਹੋਏਗਾ। ਉਹਦੇ ਵਿੱਚ ਉਹਨਾਂ ਦਾ ਇੱਕ ਐਫੀਡੈਵਿਟ ਹੈ ਸ਼੍ਰੀ ਤੀਰਥ ਰਾਮ ਜੀ ਦਾ ਲੀਗਲ ਅਸਿਸਟੈਂਟ ਦਾ, ਉਹ ਕਹਿੰਦੇ ਨੇ ਕਿ ਇਹ ਪੇਪਰਾਂ ਦੀ ਡੇਟ ਪੋਸਟਪੋਨ ਕਰਕੇ 25 ਅਤੇ 26 ਅਪ੍ਰੈਲ 2020 ਕਰ ਦਿੱਤੀ ਗਈ ਹੈ। ਹੁਣ ਇਹਦੇ ਨਾਲ ਨਾਲ ਇੱਕ ਪਾਸੇ ਤਾਂ ਪੇਪਰ ਆ ਗਿਆ, ਦੂਜੇ ਪਾਸੇ ਆ ਗਿਆ ਕਰੋਨਾ, ਘਰੋਂ ਬਾਹਰ ਨਿਕਲ ਨਹੀਂ ਸਕਦੇ, ਚਾਰੇ ਪਾਸੇ ਹਾਲ ਦਵਾਈ, ਖੁਸ਼ੀ ਮਨਾਏ ਕਿ ਖੈਰ ਮਨਾਏ, ਜਾਨ ਬਚਾਈਏ ਕਿ ਤਿਆਰੀ ਕਰੀਏ ਕਿ ਫਾਰਮ ਭਰੀਏ ਨਾ। ਇਹਨਾਂ ਸਾਰਿਆਂ ਚੀਜ਼ਾਂ ਨੂੰ ਦੇਖਦੇ ਹੋਏ ਹਾਈ ਕੋਰਟ ਨੇ ਵੀ ਆਪਣੀ ਡਾਇਰੈਕਸ਼ਨ ਦਿੱਤੀ, ਜੱਜ ਸਾਹਿਬ ਨੇ, ਔਰ ਸਰਕਾਰ ਨੂੰ ਡਿਪਾਰਟਮੈਂਟ ਨੂੰ ਹਿਦਾਇਤ ਦਿੱਤੀ ਹੈ ਕਿ ਪੇਪਰ ਭਰਨ ਦੀ ਤਾਰੀਖ ਨੂੰ 31 ਮਾਰਚ ਔਰ ਉਸ ਤੋਂ ਅੱਗੇ ਵਧਾਇਆ ਜਾਵੇ ਤਾਂ ਕਿ ਕੈਂਡੀਡੇਟਸ ਆਪਣੇ ਫਾਰਮ ਭਰ ਸਕਣ। ਸੋ ਸਾਰੇ ਕੈਂਡੀਡੇਟਸ ਜਿਹੜੇ ਵੀ ETT ਵਾਸਤੇ ਤਿਆਰੀ ਕਰ ਰਹੇ ਹਨ ਔਰ ਮਾਸਟਰ ਕੈਡਰ ਵਾਸਤੇ ਤਿਆਰੀ ਕਰ ਰਹੇ ਹਨ, ਬਾਕੀਆਂ ਗੁੰਝਲਾਂ ਹਾਲੇ ਵਿੱਚ ਹੀ ਨੇ, ਉਹਨਾਂ ਦਾ ਨਹੀਂ ਹਾਲੇ ਪਤਾ ਕੀ ਹੋਣਾ, ਪਰ ਫਿਰ ਵੀ ਆਪਣੀ ਬਾਕੀ ਜਿਹੜੇ ਵੀ ਕੈਂਡੀਡੇਟਸ ਇਸ ਵੇਲੇ ਐਲੀਜੀਬਲ ਨੇ ਆਪਣੀ ਤਿਆਰੀਆਂ ਜਾਰੀ ਰੱਖੋ ਔਰ ਰੱਬ ਸਭ ਦੀ ਰੱਖੇ ਖੈਰ, ਆਪਣਾ ਸਿਹਤ ਨੂੰ ਬਚਾਓ, ਸਭ ਦਾ ਭਲਾ ਮੰਗਦੇ ਹਾਂ, ਆਪਣੀ ਆਪਣੀ ਸਿਹਤ ਦਾ ਖਿਆਲ ਰੱਖੋ, ਪਰ ਸਭ ਤੋਂ ਵੱਡੀ ਗੱਲ ਕਿ ਸਮੇਂ ਦਾ ਪੂਰਾ ਖਿਆਲ ਰੱਖੋ, ਕਿਉਂਕਿ ਸਮਾਂ ਇੱਕ ਐਸੀ ਚੀਜ਼ ਹੈ ਜਿਹੜੀ ਕਿ ਨਿਕਲਦੀ ਜਾਂਦੀ ਹੈ, ਬੜੀ ਜਲਦੀ ਨਿਕਲ ਜਾਂਦੀ ਹੈ। ਇਸ ਔਖੀ ਘੜੀ ਦੇ ਵਿੱਚ ਗਿਆਨਮ ਤੁਹਾਡੇ ਨਾਲ ਖੜ੍ਹਾ ਹੈ, ਜਾਰੀ ਰੱਖਾਂਗੇ ਅਸੀਂ ਆਪਣੀ ETT ਦੀ ਕਲਾਸਾਂ ਔਰ ਕੋਸ਼ਿਸ਼ ਕਰਾਂਗੇ ਕਿ ਮਾਸਟਰ ਕੈਡਰ ਵਾਸਤੇ ਵੀ ਕੁਝ ਕਰ ਸਕੀਏ। ਹਾਲਾਤ ਬਹੁਤੇ ਖਰਾਬ ਨੇ, ਇਸ ਵੇਲੇ ਆਉਣਾ ਜਾਣਾ ਬੰਦ ਹੈ, ਟੀਚਰ ਸਾਡੇ ਜਿਹੜੇ ਨੇ ਆਪਣੇ ਘਰੋਂ ਘਰੀ ਬੈਠ ਕੇ ਕਲਾਸਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਨੇ, ਉਹਨਾਂ ਕਲਾਸਾਂ ਦੇ ਬਾਰੇ ਵੀ ਆਪਣਾ ਚੰਗਾ ਹੁੰਗਾਰਾ ਦਿਓ ਤਾਂ ਕਿ ਟੀਚਰਸ ਦਾ ਵੀ ਜਿਹੜਾ ਸੀ ਮਨੋਬਲ ਉਹ ਵਧਿਆ ਰਹੇ, ਔਰ ਜੇ ਕੁਝ ਲੱਗਦਾ ਤੁਹਾਨੂੰ ਕਿ ਕੁਝ ਹੋਰ ਵੀ ਹੋਣਾ ਚਾਹੀਦਾ ਉਹਦੇ ਸੁਝਾਅ ਦਿਓ। ਟੈਲੀਗ੍ਰਾਮ ਦਾ ਚੈਨਲ, ਉਹਦੀ ਨੋਟੀਫਿਕੇਸ਼ਨਸ ਲੈਣ ਵਾਸਤੇ ਉਹਨੂੰ ਆਪਣਾ ਟੈਲੀਗ੍ਰਾਮ ਦੇ ਵਿੱਚ ਜੁਆਇਨ ਕਰੋ ਗਿਆਨਮ ਨੂੰ, ਔਰ ਇਹਨਾਂ ਵੀਡੀਓਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਅਸੀਂ ਤੁਹਾਡੇ ਨਾਲ ਜਿੰਨੀ ਤੁਹਾਡੀ ਕੋਈ ਮਦਦ ਕਰ ਸਕਦੇ ਹਾਂ ਉਸ ਦੇ ਵਿੱਚ ਅਸੀਂ ਆਪਣਾ ਹਿੱਸਾ ਵੀ ਪਾ ਸਕੀਏ। ਸੋ ਅਗਲੀ ਤਾਰੀਖ ਜੋ ਤੁਹਾਨੂੰ ਦੱਸਿਆ ਸੀਗਾ ਅਸੀਂ ਕਿ 23 ਤਰੀਕ ਪਈ ਹੈ, ਉਹਦੇ ਵਿੱਚ ਪਤਾ ਲੱਗੇਗਾ ਕਿ ਹੁਣ ਪਰਸੋਂ ਕਿ ਹੁਣ ਹੁੰਦਾ ਕੀ ਹੈ, ਕਿ ਡੇਟਾਂ ਕਿਹੜੀਆਂ ਫਿਕਸ ਹੁੰਦੀਆਂ ਨੇ ਔਰ ਉਹਦੇ ਮੁਤਾਬਕ ਕਿਹੜੇ ਕਿਹੜੇ ਕੈਂਡੀਡੇਟਸ ਜਿਹੜੇ ਨੇ ਉਹਦੇ ਵਾਸਤੇ ਐਲੀਜੀਬਲ ਹੋ ਜਾਣਗੇ। ਉਦੋਂ ਤੱਕ PSTET ਦਾ ਰਿਜ਼ਲਟ ਵੀ ਆ ਜਾਏਗਾ ਕਿ ਨਹੀਂ ਆ ਜਾਏਗਾ ਉਹ ਵੀ ਪਤਾ ਲੱਗ ਜਾਏਗਾ। ਸੋ ਉਦੋਂ ਤੱਕ ਕਰੋ ਇੰਤਜ਼ਾਰ, ਪਰ ਨਾਲ ਆਪਣੀ ਤਿਆਰੀ ਨੂੰ ਜਾਰੀ ਰੱਖੋ। ਇਹਦੇ ਨਾਲ ਹੀ ਵੰਸ ਅਗੇਨ ਤੁਹਾਡੇ ਨਾਲ
ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹੋਇਆ ਔਰ ਖਾਸ ਤੌਰ 'ਤੇ ਇਸ ਗੱਲ ਦਾ ਕਹਿੰਦਾ ਹੋਇਆ ਕਿ ਆਪਣੀ ਸਿਹਤ ਦਾ ਖਿਆਲ ਰੱਖੋ, ਘਰੋਂ ਬਾਹਰ ਨਹੀਂ ਨਿਕਲਣਾ, ਹਾਲੇ ਹਾਲਾਤ ਬਹੁਤ ਖਰਾਬ ਨੇ, ਇਹ ਕਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਸਕਦਾ ਹੈ, ਚੰਗੇ ਚੰਗੇ ਘਰਾਂ ਦੇ ਵਿੱਚ ਹੋ ਗਿਆ ਅਤੇ ਆਪਾਂ ਤਾਂ ਬਹੁਤ ਮਾਮੂਲੀ ਚੀਜ਼ ਹਾਂ ਔਰ ਇਸ ਵੇਲੇ ਇਮੋਸ਼ਨਸ ਦੇ ਵਿੱਚ ਨਹੀਂ ਆਉਣਾ, ਇਮੋਸ਼ਨਲ ਹੋ ਕੇ ਕੰਮ ਨਹੀਂ ਕਰਨੇ, ਆਪਣੇ ਰੈਸ਼ਨਲ ਹੋ ਕੇ ਆਪਣੇ ਕੰਮ ਕਰਨੇ ਨੇ। ਤੋ ਆਪਣੇ ਘਰਾਂ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਰੱਖੋ ਔਰ ਵੱਡੇ ਬਜ਼ੁਰਗਾਂ ਨੂੰ, ਬੱਚਿਆਂ ਨੂੰ, ਸਾਰਿਆਂ ਨੂੰ ਇਹ ਤਾਕੀਦ ਦਿਓ ਕਿ ਘਰੋਂ ਬਾਹਰ ਨਾ ਨਿਕਲਣ ਤਾਂ ਕਿ ਆਪਣੀ ਸਿਹਤ ਔਰ ਦਾ ਅਸੀਂ ਖਿਆਲ ਰੱਖ ਸਕੀਏ ਔਰ ਇਹਦੇ ਨਾਲ ਆਪਣੀ ਤਿਆਰੀ ਨੂੰ ਤੁਸੀਂ ਜਾਰੀ ਰੱਖੋ। ਸ਼ੁਕਰੀਆ ਤੁਹਾਡਾ।